ਰਹਿੰਦੇ ਹਾਂ ਮੋਹਾਲੀ ਦੇ ਪਿੰਡ ਅੰਦੇਸਰਾ ਤੋਂ। ਅੰਦੇਸਰਾ ਵਿੱਚ ਕੁਛ ਹਥਿਆਰਬੰਦ ਲੋਕਾਂ ਨੇ ਰਾਤ ਦੇ ਸਮੇਂ ਹਮਲਾ ਕਰ ਦਿੱਤਾ। ਜਦੋਂ ਸੁਨੀਤਾ ਆਪਣੇ ਘਰ ਦਾ ਮੇਨ ਡੋਰ ਬੰਦ ਕਰਨ ਦੇ ਲਈ ਆਈ, ਉਹਨਾਂ ਦੱਸਿਆ ਕਿ ਮੇਨ ਗਲੀ ਦਾ ਦਰਵਾਜ਼ਾ ਬੰਦ ਕਰ ਰਹੀ ਤਾਂ ਕੁਝ ਗੱਡੀਆਂ ਆ ਕੇ ਰੁਕੀਆਂ ਔਰ ਜਿਨ੍ਹਾਂ ਦੇ ਵਿੱਚ ਕੁਛ ਲੋਕ ਸਨ, ਹਥਿਆਰ ਸਨ, ਔਰ ਉਹਨਾਂ ਨੇ ਆ ਕੇ ਹਮਲਾ ਕਰ ਦਿੱਤਾ। ਲੜਾਈ ਉਹਨਾਂ ਦੇ ਬੇਟੇ ਜੋ ਕਿ ਕਾਲਜ ਦੇ ਵਿੱਚ ਮਨਦੀਪ ਸਿੰਘ ਦੇ ਨਾਮ ਪਿਛਲੇ ਕਈ ਦਿਨਾਂ ਤੋਂ ਚੱਲਦੀ ਆ ਰਹੀ ਸੀ ਅਤੇ ਦੋ ਦਫ਼ਾ ਪਹਿਲਾਂ ਵੀ ਇਹ ਲੜਾਈ ਹੋ ਚੁੱਕੀ ਸੀ, ਲੇਕਿਨ ਰਾਤ ਦੇ ਸਮੇਂ ਜਿਨ੍ਹਾਂ ਲੋਕਾਂ ਨੇ ਉਸ ਘਰ 'ਤੇ ਹਮਲਾ ਕੀਤਾ, ਉਸ ਘਰ ਦੇ ਸ਼ੀਸ਼ੇ ਬਾਇਕ ਅਤੇ ਘਰ ਦਾ ਸਾਰਾ ਸਮਾਨ ਤੋੜ ਫੋੜ ਦਿੱਤਾ, ਉਸ ਔਰਤ ਦੇ ਨਾਲ ਉਹਨਾਂ ਲੋਕਾਂ ਨੇ ਕੁੱਟਮਾਰ ਵੀ ਕੀਤੀ ਹੈ, ਜਿਸ ਨੂੰ ਕਿ ਸਰਕਾਰੀ ਹੌਸਪੀਟਲ ਡੇਰਾ ਬਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦੀ MLR ਕੱਟ ਦਿੱਤੀ ਗਈ ਹੈ। ਇਸ ਸੰਬੰਧ ਵਿੱਚ ਕਿਸ ਨਾਲ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਸੁਨੀਤਾ ਜੀ, ਕਿਹੜਾ ਪਿੰਡ ਹੈ ਜੀ? ਕੀ ਵਾਰਦਾਤ ਹੋਈ ਹੈ ਸਾਰੀ? ਵਾਰਦਾਤ ਜੀ, ਲੜਕਾ ਅੰਦਰ ਥਾ, ਮੈਂ ਬਾਹਰ 'ਤੇ ਗੇਟ ਕਾ ਲੋਕ ਲਾ ਕੇ ਅੰਦਰ ਆ ਰਹੀ ਸੀ, ਜੈਸੇ ਮੈਂ ਉਹਨੇ ਦੇਖਿਆ ਵੀ 20-25 ਮੁੰਡੇ ਗੇਟ ਗਾੜੀ ਤਲਵਾਰਾਂ ਦੇ ਕੇ ਖੜ੍ਹੇ ਹੈ, ਤਾਂ ਮੈਨੂੰ ਗੇਟ ਕਾ ਲੋਕ ਲਗਾ ਦਿਆ, ਗੇਟ ਕਾ ਲੋਕ ਲਗਾਏ ਤੇ ਮੈਂ ਲੜਕੇ ਕਾ ਕਮਰਾ ਦੇਖਿਆ। ਮੇਰਾ ਨਾਮ ਮਨਦੀਪ ਸਿੰਘ ਹੈ ਜੀ ਅਤੇ ਪਿੰਡ ਮੇਰਾ ਹਰੇਸਰ ਹੈ। ਅਤੇ ਰਾਤ 8:30 ਦੀ ਗੱਲ ਹੈ ਜੀ, ਮੈਂ ਮਤਲਬ ਆਪਣੇ ਘਰ ਸੀਗਾ ਅੰਦਰ, ਮੇਰੀ ਮਾਤਾ ਬਾਹਰ ਕੁੰਡਾ ਲਾਉਣ ਗਈ ਹੋਈ ਸੀ, ਮਤਲਬ ਲੋਕ ਲਗਾਉਣ ਗਈ ਹੋਈ ਸੀ, ਅਤੇ ਉਸ ਟਾਈਮ ਨਾ ਜੀ 2-3 ਗੱਡੀਆਂ ਭਰ ਕੇ ਅਤੇ 5-7 ਮੋਟਰਸਾਈਕਲ ਸੀ, ਤਕਰੀਬਨ 25-30 ਮੁੰਡੇ ਸੀ ਜੀ ਉਹ, ਠੀਕ ਹੈ, ਆਪਣੇ ਨਾਲ ਦੇ ਪਿੰਡ ਨਗਲੇ ਦੇ ਮਿੱਠੂ ਆਵੇ, ਮਤਲਬ ਰੀਅਲ ਨੇਮ ਹੈ ਜੀ ਉਹਦਾ ਮੁੰਡੇ ਦਾ, ਅਤੇ ਸਾਡੇ ਪਿੰਡ ਦਾ ਸੈਂਟੀ, ਉੱਥੇ ਨਗਲੇ ਦਾ ਅਨੁਜ ਬਿਲਾਸ ਅਤੇ ਆਪਣਾ ਜੀ ਰਵੀ ਛੋਟੀ ਕੋੜੀ ਵਾਲਾ ਅਤੇ ਹੋਰ ਅਣਪਛਾਤੇ ਮਤਲਬ 25-30 ਮੁੰਡੇ ਨੇ ਜਿਹੜੇ, ਉਹਨਾਂ ਨੇ ਮੇਰੇ ਘਰ 'ਤੇ ਹਮਲਾ ਕਰਿਆ ਜੀ। ਮਾਤਾ ਨੂੰ ਮੇਰੀ ਇਹਦੀ ਮਾਤਾ ਮਤਲਬ ਪਿਸਟਲ ਦਿਖਾਈ ਉਹਨਾਂ ਨੇ ਜੀ, ਵੀ ਸਾਈਡ 'ਚ ਹੋ ਜਾ, ਨਹੀਂ ਤੇਰਾ ਮੁੰਡੇ ਨੂੰ ਮਾਰਨਾ ਆ, ਤੈਨੂੰ ਵੀ ਮਾਰ ਦੇਣਗੇ ਇੱਥੇ ਜੀ। ਗਲ 'ਚ ਚੈਨ ਸੀ, ਉਹ ਵੀ ਨਹੀਂ ਹੈਗੀ ਜੀ, ਸੱਟਾਂ ਮਾਰੀਆਂ, ਧੱਕੇ ਮਾਰੇ ਜੀ, ਔਰ ਪਿੱਛਾ ਜਹਾਂ ਡੰਡਾ ਮਾਰਿਆ ਜੀ। ਕੀ ਨੁਕਸਾਨ ਹੋਇਆ ਘਰ ਦਾ ਸਾਰਾ ਜੀ? ਸਾਰੀ ਗੱਡੀ ਤੋੜ ਦੀ ਜੀ ਮੇਰੀ, ਘਰ ਕੇ ਦਰਵਾਜ਼ੇ ਤੋੜ ਦੀਏ, ਸ਼ੀਸ਼ੇ ਤੋੜ ਦੀਏ ਸਾਰੇ ਜੀ। 8:30 ਕੀ ਟਾਈਮ ਆ, ਸਾਰੇ ਮਤਲਬ ਤਕਰੀਬਨ ਪਿੰਡ ਵਾਲਿਆਂ ਦੇ ਸਾਹਮਣੇ ਹੀ ਬਾਤ ਹੋਈ ਹੈ ਵਹਾਂ ਸੀ। ਪੁਰਾਣੀ ਰੰਜਿਸ਼ ਚੱਲ ਰਹੀ ਸੀ ਕੋਈ ਜੀ? ਪੁਰਾਣੀ ਬਾਤਚੀਤ ਹੋਈ ਵੀ ਜੀ ਮਾਰੀ ਕੋਈ, ਲੇਕਿਨ ਇਤਨੀ ਥੀ ਕਿ ਘਰ ਕੇ ਅੰਦਰ ਬੜਕਾ ਇੱਕ ਲੇਡੀਜ਼ ਹੱਥ ਉਠਾਉਣਾ ਜੀ, ਹੈਂ, ਅਗਰ ਜੋ ਬਾਤਚੀਤ ਥੀ ਬੰਦਾ ਬਾਹਰ ਨਿਬੇੜੇ ਚੀਤ ਕਰੇ, ਕੋਈ ਹੋਰ ਨਹੀਂ ਹੈ, ਕੱਲ੍ਹ ਘਰਾਂ ਬੜਕਾ ਇਹਨਾਂ ਇਸ ਤਰ੍ਹਾਂ ਮੇਰੀ ਮਾਤਾ ਦਾ ਮਾਰ ਕੁਟਾਈ ਕਰੀ ਹੈ, ਨਿਕਲ ਕੇ ਆਇਆ ਤਾਂ ਫਿਰ ਤੋੜ ਗਏ ਨੇ ਗੱਡੀ ਲੈ ਕੇ ਸਾਥ ਕੇ ਸਾਥ। ASH ਲਖਨ ਸਿੰਘ, ਕੀ ਮਾਮਲਾ ਹੈ ਜੀ ਸਾਰਾ ਜੀ? ਇਹ ਮਾਮਲਾ ਇੱਦਾਂ ਵੀ ਸੁਨੀਤਾ ਭੱਟੀ 'ਚ ਗਈ ਲੇਡੀ, ਉਹਦੇ ਘਰ ਨਾ ਆਏ ਬੰਦੇ, ਖਾਣਾ ਬਣਾ ਕੇ ਜਦੋਂ ਗੇਟ ਗੁੱਟ ਲਾਇਆ ਉਹਨੇ, ਅਤੇ 3-4 ਕਾਰ ਰੁਕੀਆਂ, ਉਹਨੇ ਅੰਦਰ ਵੜ ਕੇ ਤੋੜ ਭੰਨ ਕੀਤੀ ਹੈ ਅਤੇ ਉਹਦੇ ਸੱਟਾਂ ਮਾਰੀਆਂ, ਜਿਸ ਦੇ ਤਹਿਤ ਅਸੀਂ ਬਿਆਨ ਸਟੇਟਮੈਂਟ ਲੈ ਲਈ ਹੈ ਅਤੇ ਅਗਲੀ ਕਾਰਵਾਈ ਅਮਲ 'ਚ ਲਿਆ ਰਿਹਾ ਹੈ। ਕੀ ਧਾਰਾ ਲਾਉਂਗੇ ਜੀ? ਧਾਰਾ 324-452 ਅਤੇ ਹੋਰ 427 ਹੋਰ ਵਗੈਰਾ ਧਾਰਾ ਲੱਗਣੀ ਹੈ ਇਹ 'ਚ, ਠੀਕ ਹੈ ਜੀ। ਡੇਰਾਬੱਸੀ ਤੋਂ ਸੁਰਿੰਦਰਪੁਰੀ ਦੀ ਰਿਪੋਰਟ। ਸਮੱਸਿਆ ਕੋਈ ਵੀ ਹੋਵੇ, ਜੜ ਤੋਂ ਖਤਮ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਜਿਵੇਂ ਮਨ ਚਾਹਿਆ ਪਿਆਰ, ਪਤੀ ਪਤਨੀ 'ਚ ਅਣਬਣ, ਕਾਲੇ ਜਾਦੂ ਦਾ ਖਾਤਮਾ, ਵਸ਼ੀਕਰਨ, ਲਾਟਰੀ ਨੰਬਰ ਪਾਓ, ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੇ ਵਸ ਵਿੱਚ ਕਰਵਾਉਣ ਲਈ ਸੰਪਰਕ ਕਰੋ ਬਾਬਾ ਗੁਰਦੇਵ ਸਿੰਘ ਜੀ।
ਤੁਸੀਂ ਸੰਪਰਕ ਕਰ ਸਕਦੇ ਹੋ 9503 71801।